ਇਹ ਸਾਡੀਆਂ ਆਲਰੇਡੀ 3 ਰਿਫਿਊਜ਼ਲਸ ਨੇ ਤੇ ਤਾਂ ਕਰਕੇ ਸਾਨੂੰ ਬਿਲਕੁਲ ਹੋਪ ਹੀ ਨਹੀਂ ਸੀ ਕਿ ਹੁਣ ਵੀ ਸਾਡਾ ਲੱਗ ਜੂਗਾ ਬਟ ਅੱਜ ਸਾਡਾ ਡ੍ਰੀਮ ਪੂਰਾ ਹੋ ਗਿਆ ਬਸ ਸਾਡਾ ਇੱਥੋਂ ਨਾ ਲੱਗੇ ਕਿਉਂਕਿ ਸਾਨੂੰ ਇੱਥੋਂ ਹੀ ਆ ਸੀ ਕਿ ਜੇ ਇੱਥੋਂ ਨਾ ਹੋਇਆ ਤਾਂ ਕਿਤੋਂ ਵੀ ਨਹੀਂ ਹੋਣਾ ਹੈਗਾ ਕਿਤੋਂ ਨਹੀਂ ਸਾਡਾ ਜਾਣ ਕੇ ਡ੍ਰੀਮ ਪੂਰਾ ਹੋ ਰਿਹਾ ਸੀਗਾ ਅਸੀਂ ਜਾਣ ਕੇ ਮੈਂ ਸਰ ਦਾ ਇੰਟਰਵਿਊ ਬਹੁਤ ਜ਼ਿਆਦਾ ਦੇਖਦਾ ਰਿਹਾ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਜੇ ਆਪਣਾ ਡ੍ਰੀਮ ਪੂਰਾ ਹੋਣਾ ਤਾਂ ਇੱਥੋਂ ਹੋਣਾ ਨਹੀਂ ਕਿਤੇ ਯਕੀਨ ਸੀਗਾ ਜੀ ਬਸ ਜਦੋਂ ਪੇਮੈਂਟ ਦੀ ਗੱਲ ਹੋਈ ਸੀ ਸਾਡੀ ਸਾਰੀ ਆਫਟਰ ਵੀਜ਼ਾ ਹੋਈ ਸੀ ਇਹਨਾਂ ਨੇ ਮਤਲਬ ਪਹਿਲਾਂ ਕੋਈ ਪੇਮੈਂਟ ਨਹੀਂ ਲਈ ਹੈਗੀ ਸਾਤੋਂ ਸਾਰੀ ਹੁਣ ਵੀਜ਼ਾ ਲੱਗਣ ਤੋਂ ਬਾਅਦ ਪੇਮੈਂਟ ਦੇਣੀ ਹੈ ਇਹਨਾਂ ਨੂੰ ਹੈਲੋ ਐਵਰੀਵਨ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਮੈਂ ਨੇਹਾ ਮਲਿਕ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਇੱਕ ਵਾਰ ਫਿਰ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਵਿਜ਼ਨ ਗਰੁੱਪ ਤੇ ਵਿਜ਼ਨ ਗਰੁੱਪ ਦੀ ਅੱਜ ਆਪਾਂ ਫੇਰ ਗੱਲ ਕਰੀਏ ਤਾਂ ਉਨੀ ਹੀ ਕੀ ਘਾਟ ਆ ਕਿਉਂਕਿ ਵਿਜ਼ਨ ਗਰੁੱਪ ਨੇ ਇੱਕ ਵਾਰ ਫੇਰ ਜਿਹੜਾ ਚਮਤਕਾਰ ਆ ਉਹ ਕਰ ਦਿੱਤਾ ਹੈ ਤੇ ਜਿਹੜਾ ਵੀਜ਼ਾ ਆ ਉਹ 10 ਸਾਲ ਦਾ ਗੈਪ ਹੋਣ ਦੇ ਬਾਵਜੂਦ ਵੀ ਉਹਨਾਂ ਨੇ 20 ਦਿਨਾਂ ਵਿੱਚ ਆਪਣਾ ਜਿਹੜਾ ਵੀਜ਼ਾ ਆ ਉਹ ਲਵਾ ਦਿੱਤਾ ਹੈ ਤੇ ਸਾਡੇ ਨਾਲ ਇੱਕ ਲੇਡੀਜ਼ ਮੌਜੂਦ ਨੇ ਜਿਨ੍ਹਾਂ ਦਾ 10 ਸਾਲ ਬਾਅਦ ਜਿਹੜਾ ਵੀਜ਼ਾ ਲੱਗਿਆ ਹੋਇਆ ਹੈ ਹੈਲੋ ਮੈਮ ਹੈਲੋ ਮੈਮ ਪਹਿਲੀ ਬਾਤ ਮੈਮ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਵੀ ਤੁਹਾਡਾ 20 ਦਿਨਾਂ ਵਿੱਚ ਵੀਜ਼ਾ ਲੱਗ ਥੈਂਕ ਯੂ ਸੋ ਮਚ ਹੁਣ ਕੀ ਕਹਿਣਾ ਚਾਹੋਗੇ ਤੁਹਾਡੇ 20 ਦਿਨਾਂ ਬਾਅਦ ਵੀਜ਼ਾ ਲੱਗ ਮੈਮ ਮੈਂ ਬਹੁਤ ਖੁਸ਼ ਹਾਂ ਕਿਉਂਕਿ ਸਾਡਾ ਸ਼ੁਰੂ ਤੋਂ ਡ੍ਰੀਮ ਸੀਗਾ ਤੇ ਅੱਜ ਉਹ ਪੂਰਾ ਹੋ ਗਿਆ ਕਿੰਨੇ ਸਾਲ ਤੋਂ ਤੁਹਾਡਾ ਡ੍ਰੀਮ ਸੀ ਹੈ ਇਹ ਵੀਜ਼ਾ ਸੀ 2019 ਤੋਂ ਲੱਗੇ ਹੋਏ ਆ ਤੇ ਸਾਡੀਆਂ ਆਲਰੇਡੀ 3 ਰਿਫਿਊਜ਼ਲਸ ਨੇ ਤੇ ਤਾਂ ਕਰਕੇ ਸਾਨੂੰ ਬਿਲਕੁਲ ਹੋਪ ਹੀ ਨਹੀਂ ਸੀ ਕਿ ਹੁਣ ਵੀ ਸਾਡਾ ਲੱਗ ਜੂਗਾ ਬਟ ਅੱਜ ਸਾਡਾ ਡ੍ਰੀਮ ਪੂਰਾ ਹੋ ਗਿਆ 3 ਡਿਫਿਊਜ਼ਰ ਤੋਂ ਬਾਅਦ ਸੈਟ ਨਹੀਂ ਹੋਏ ਵੀ ਹਾਂ ਮਨ ਚ ਇਦਾਂ ਨਹੀਂ ਹੋਇਆ ਵੀ ਹਾਂ ਹੁਣ ਤਾਂ ਹੋਪ ਹੀ ਛੱਡਤੀ ਹੁਣ ਤਾਂ ਲੱਗਣਾ ਹੀ ਨਹੀਂ ਸਹੀ ਗੱਲ ਹੈ ਮੈਮ ਕਿਉਂਕਿ ਸਾਡਾ ਕੈਨੇਡਾ ਦਾ ਡ੍ਰੀਮ ਸੀਗਾ ਮੇਰਾ ਤੇ ਮੇਰੇ ਹਸਬੈਂਡ ਦਾ ਤੇ ਸਾਨੂੰ ਇਹ ਸੀਗਾ ਵੀ ਜੇ ਇਸ ਵਾਰ ਸਾਡਾ ਇੱਥੋਂ ਨਾ ਲੱਗੇ ਕਿਉਂਕਿ ਸਾਨੂੰ ਇੱਥੋਂ ਹੀ ਆ ਸੀ ਜੇ ਇੱਥੋਂ ਨਾ ਹੋਇਆ ਤਾਂ ਕਿਤੋਂ ਵੀ ਨਹੀਂ ਹੋਣਾ ਹੈਗਾ ਕਿਉਂਕਿ ਅਸੀਂ ਸਾਡੇ ਪਹਿਲਾਂ ਕਾਫੀ ਇੰਟਰਵਿਊਜ਼ ਦੇਖੇ ਨੇ ਡੇਲੀ ਦੇਖਦੇ ਰਹਿੰਦੇ ਨੇ ਫੇਸਬੁੱਕ ਤੇ ਤੇ ਸਾਨੂੰ ਇਹ ਸੀਗਾ ਜੇ ਹੁਣ ਨਾ ਲੱਗਿਆ ਫਿਰ ਅਸੀਂ ਯੂਕੇ ਜਾਂ ਕਿਸੇ ਹੋਰ ਕੰਟਰੀ ਦਾ ਅਪਲਾਈ ਕਰ ਲੈਣਾ ਬਟ ਵੈਸੇ ਤੁਸੀਂ ਹੈ ਕਿੱਥੇ ਲੋਕਲ ਹੋ ਕਿ ਮੈਮ ਸਮਰਾਲਾ ਤੋਂ ਸੀ ਤੇ ਮੈਮ ਇੱਥੇ ਵਿਜ਼ਨ ਗਰੁੱਪ ਬਾਰੇ ਤੁਹਾਨੂੰ ਕਿਹਨੇ ਦੱਸੇ ਮੈਮ ਮੇਰੇ ਹਸਬੈਂਡ ਦੇਖਦੇ ਰਹਿੰਦੇ ਸੀ ਕਿ ਮੈਮ ਮਤਲਬ ਇਹਨਾਂ ਦੀ ਬੈਸਟ ਕੁਆਲਿਟੀ ਮਤਲਬ ਸਾਰ ਸਾਨੂੰ ਤਾਂ ਕਰਕੇ ਵਧੀਆ ਲੱਗੇ ਨੇ ਵੀ ਇਹ ਮਤਲਬ ਸੱਚ ਗੱਲ ਕਹਿ ਦਿੰਦੇ ਨੇ ਕਿਉਂਕਿ ਪਹਿਲਾਂ ਮੇਰੇ ਬੈਂਡ ਸਕੋਰ ਥੋੜ੍ਹੇ ਜਿਹੇ ਘੱਟ ਸੀਗੇ ਤੇ ਇਹਨਾਂ ਨੇ ਸਾਨੂੰ ਕਹਿਤਾ ਸੀਗਾ ਕਹਿੰਦੇ ਤੁਸੀਂ ਐਲੀਜੀਬਲ ਨਹੀਂ ਹੈਗੇ ਤੇ ਅਸੀਂ ਫਿਰ ਕਿਤੋਂ ਹੋਰ ਅਪਲਾਈ ਕੀਤਾ ਉਹਨਾਂ ਨੇ ਕਹਿਤਾ ਕਹਿੰਦੇ ਵੀ ਠੀਕ ਆ ਤੁਹਾਡਾ ਲੱਗ ਜਾਣੇ ਤੇ ਉੱਥੇ ਸਾਡੇ ਕਾਫੀ ਪੈਸੇ ਵੇਸਟ ਹੋ ਗਏ ਤੇ ਰਿਫਿਊਜ਼ਲ ਆ ਗਈ ਸੀਗੀ ਬਟ ਹੁਣ ਅਸੀਂ ਮੈਂ ਮਤਲਬ ਆਪਣੇ ਬੈਂਡ ਸਕੋਰ ਇੰਪਰੂਵ ਕੀਤੇ ਤੇ ਫਿਰ ਹੁਣ ਸਰ ਨੇ ਕਹਿਤਾ ਸੀਗਾ ਇਸ ਵਾਰ ਲੱਗ ਜੂਗਾ ਤੁਹਾਡਾ ਮੈਮ ਸਰ ਦੀ ਗਾਈਡੈਂਸ ਬਾਰੇ ਹਨੀ ਸਰ ਦੀ ਗਾਈਡੈਂਸ ਬਾਰੇ ਕੀ ਕਹਿਣਾ ਚਾਹੁੰਦੇ ਮਤਲਬ ਇੰਨੇ ਸਰ ਵਧੀਆ ਨੇ ਕੁਛ ਕਹਿ ਨਹੀਂ ਸਕਦੇ ਅਸੀਂ ਬਹੁਤ ਜ਼ਿਆਦਾ ਯਕੀਨ ਆ ਸਾਨੂੰ ਕਿਉਂਕਿ ਰੀਸੈਂਟ ਮੇਰੇ ਬ੍ਰਦਰ ਦਾ ਵੀ ਇੱਥੋਂ ਹੀ ਲੱਗਿਆ ਹੈ ਹੁਣ 1 ਮੰਥ ਹੋਇਆ ਹੈ ਅਤੇ ਤਾਂ ਕਰਕੇ ਮੇਰੇ ਹਸਬੈਂਡ ਕਹਿੰਦੇ ਸੀ ਕਿ ਸਾਡੀ ਰਿਫਿਊਜ਼ਲ ਵੀ ਆਈ ਆ ਇੱਥੋਂ ਇੱਕ ਵਾਰ ਹੁਣ ਹੀ ਆਈ ਆ ਅਤੇ ਫਿਰ ਇਹਨਾਂ ਨੇ ਕਿਹਾ ਵੀ ਨਹੀਂ ਇੱਥੋਂ ਹੀ ਫਿਰ ਅਪਲਾਈ ਕਰਾਂਗੇ ਅਤੇ ਹੋਰ ਨਹੀਂ ਜਾਣਾ ਹੈਗਾ ਕਿਉਂਕਿ ਸਰ 'ਤੇ ਸਾਨੂੰ ਯਕੀਨ ਸੀਗਾ ਪੂਰਾ ਅਤੇ ਫਿਰ ਵਿਦਿਨ 20 ਡੇਜ਼ ਦੇ ਵਿੱਚ ਸਾਡਾ ਆ ਗਿਆ 20 ਡੇਜ਼ ਦੇ ਵਿੱਚ ਤੁਹਾਡਾ ਵੀਜ਼ਾ ਆਇਆ ਬਹੁਤ ਵੱਡੀ ਗੱਲ ਆ ਹੈ ਨਾ ਵੀ ਤੇ ਅਸੀਂ 3 ਰਿਫਿਊਜ਼ਲ ਤੋਂ ਬਾਅਦ ਤੁਸੀਂ ਹੋਪ ਹੀ ਛੱਡਤੀ ਹੋਣੀ ਹੈ ਵੀ ਨਹੀਂ ਹੁਣ ਤਾਂ ਨਹੀਂ ਬਣਨਾ ਹੈ ਨਾ ਮੈਮ ਬਿਲਕੁਲ ਹੋ ਗਿਆ ਸੀਗਾ ਕਿਉਂਕਿ ਪਹਿਲਾਂ ਇੰਨੇ ਧੱਕੇ ਖਾਧੇ ਹੋਏ ਨੇ ਤਾਂ ਕਰਕੇ ਲੱਗਦਾ ਸੀਗਾ ਵੀ ਨਹੀਂ ਸ਼ਾਇਦ ਨਹੀਂ ਆ ਸਕਦਾ ਹੁਣ ਬਟ ਹੁਣ ਮਤਲਬ ਹੁਣ ਅਸੀਂ ਹਰੇਕ ਨੂੰ ਕਹਾਂਗੇ ਵੀ ਇੱਥੇ ਹੀ ਆਓ ਕਿਉਂਕਿ ਸਾਡਾ ਡ੍ਰੀਮ ਪੂਰਾ ਹੋ ਗਿਆ ਹਰੇਕ ਦਾ ਹੋ ਸਕਦਾ ਹੈ ਮੈਮ ਇੱਥੇ ਦੇ ਸਟਾਫ ਬਾਰੇ ਤੁਸੀਂ ਕੀ ਕਹਿਣਾ ਮੈਮ ਬਹੁਤ ਵਧੀਆ ਨੇ ਬਹੁਤ ਕੋਆਪਰੇਟਿਵ ਨੇ ਅਤੇ ਮਤਲਬ ਵਧੀਆ ਗੱਲ ਕਰਦੇ ਨੇ ਜੋ ਵੀ ਡਾਊਟ ਹੁੰਦਾ ਵੀ ਸਾਰਾ ਦੂਰ ਕਰ ਦਿੰਦੇ ਨੇ ਗੱਲ ਕਰਕੇ ਤੁਹਾਡੀ ਵਾਈਫ ਦਾ ਵੀਜ਼ਾ ਲੱਗ ਮੈਮ ਬਹੁਤ ਖੁਸ਼ ਹਾਂ ਜੀ ਕਿੰਨੇ ਜਿਆਦਾ ਤੋਂ ਟਰਾਈ ਕਰ ਰਹੇ ਸੀ ਮੈਮ 4-5 ਸਾਲ ਹੋ ਗਏ ਸਾਨੂੰ ਜਾਣ ਕੇ ਸਾਰੇ ਪਾਸੇ ਅਸੀਂ ਘੁੰਮ ਫਿਰ ਲਏ ਕਿਤੋਂ ਨਹੀਂ ਸਾਡਾ ਜਾਣ ਕੇ ਡ੍ਰੀਮ ਪੂਰਾ ਹੋ ਰਿਹਾ ਸੀਗਾ ਅਸੀਂ ਜਾਣ ਕੇ ਮੈਂ ਸਰ ਦਾ ਇੰਟਰਵਿਊ ਬਹੁਤ ਜ਼ਿਆਦਾ ਦੇਖਦਾ ਰਿਹਾ ਫੇਸਬੁੱਕ 'ਤੇ ਵੀ ਕਾਫੀ ਲੈਬ ਜੇ ਸਰ ਜਿੰਨੀ ਵਾਰੀ ਹੁੰਦੇ ਮੈਂ ਹਮੇਸ਼ਾ ਦੇਖਦਾ ਰਹਿੰਦਾ ਸੀਗਾ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਜੇ ਆਪਣਾ ਡ੍ਰੀਮ ਪੂਰਾ ਹੋਣਾ ਤਾਂ ਇੱਥੋਂ ਹੋਣਾ ਨਹੀਂ ਕਿਤੇ ਯਕੀਨ ਸੀਗਾ ਜੀ ਬਸ ਹਾਂਜੀ ਹਾਂਜੀ ਤੇ ਸਰ ਜਿਵੇਂ ਕਿ ਤੁਸੀਂ ਕਿਹਾ ਹੈ ਨਾ 3 ਰਿਫਿਊਜ਼ਰ ਆ ਗਈਆਂ ਉਹ ਤੋਂ ਬਾਅਦ ਤੁਸੀਂ ਵੀ ਕਿਹਾ ਸਾਡੇ ਪੈਸੇ ਵੀ ਬਹੁਤ ਜ਼ਿਆਦਾ ਵੇਸਟ ਹੋਏ ਦੁੱਖ ਤਾਂ ਬੜਾ ਹੋਇਆ ਹੋਣਾ ਬਹੁਤ ਮੈਡਮ ਮੈਂ ਕਹਿੰਦਾ ਮੇਰਾ 2-3 ਲੱਖ ਰੁਪਇਆ ਵੇਸਟ ਹੋ ਗਿਆ ਜਾਣੀ ਕਿ ਮੈਂ ਸਾਰੇ ਏਜੰਟਾਂ ਕੋਲ ਘੁੰਮ ਲਿਆ ਕਿਸੇ ਨੇ ਜਾਣੀ ਕਿ ਸਹੀ ਨਹੀਂ ਮੈਨੂੰ ਉਹ ਕਰਿਆ ਪੈਸੇ ਜਿੰਨੇ ਵੀ ਹੋਏ ਨੇ ਮੇਰੇ ਪੈਸੇ ਹੀ ਖਰਾਬ ਹੋ ਰਹੇ ਫਿਰ ਮੈਂ ਲਾਸਟ ਵਾਰੀ ਸਰ ਕੋਲ ਆਇਆ ਮੈਨੂੰ ਆਇਆ ਸੀਗਾ ਬਸ ਜੇ ਉਰੋਂ ਆ ਗਿਆ ਠੀਕ ਆ ਨਹੀਂ ਫਿਰ ਕੈਨੇਡਾ ਦੀ ਆਸ ਛੱਡ ਦੇਣੀ ਜੇ ਮੈਮ ਦੀ ਗੱਲ ਕੀਤੀ ਜਾਵੇ 10 ਸਾਲਾਂ ਦਾ ਉਹਨਾਂ ਦਾ ਗੈਪ ਹੈ ਨਾ ਫਿਰ 3 ਰਿਫਿਊਜ਼ਰ ਸੀਗੇ ਉਹ ਤੋਂ ਬਾਅਦ ਉਹਨਾਂ ਦਾ 20 ਦਿਨਾਂ ਵਿੱਚ ਵੀਜ਼ਾ ਆਇਆ ਕੀ ਕਹਿਣਾ ਚਾਹੋਗੇ ਹਨੀ ਸਰ ਬਾਰੇ ਮੈਂ ਹੁਣ ਸਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਦਾ ਸਟਾਫ ਸਾਰਾ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਸਮਝਾਇਆ ਉਹਨਾਂ ਦਾ ਵੀ ਮੈਮ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਬਾਹਰ ਜਾਣ ਦਾ ਡ੍ਰੀਮ ਮੈਮ ਦਾ ਸੀ ਕਿ ਤੁਹਾਡਾ ਵੀ ਸੀਗਾ ਮੈਮ ਜ਼ਿਆਦਾ ਮੇਰਾ ਸੀਗਾ ਇਹਨਾਂ ਦਾ ਘੱਟ ਸੀਗਾ ਤੇ ਸਰ ਆਪਾਂ ਨਾ ਐਂ ਤੁਸੀਂ ਕਿਹਾ ਨਾ ਵੀ ਹੈ ਨਾ ਸਾਡੇ ਇੰਨੇ ਪੈਸੇ ਫਸੇ ਹੋਏ ਆ ਜੇ ਵਿਜ਼ਨ ਗਰੁੱਪ ਬਾਰੇ ਗੱਲ ਕਰੀਏ ਜਿਹੜੇ ਹਨੀ ਸਰ ਉਹਨਾਂ ਦੇ ਤੁਸੀਂ ਕਿੱਦਾਂ ਪੇਮੈਂਟ ਕੀਤੀ ਮੈਮ ਸਾਡਾ ਜੋ ਪੇਮੈਂਟ ਦੀ ਗੱਲ ਹੋਈ
ਮਤਲਬ ਇਹਨਾਂ ਦਾ ਕਹਿਣ ਦਾ ਮਤਲਬ ਕਿ ਹਾਂ ਪਹਿਲਾਂ ਵੀਜ਼ਾ ਲੱਗਣ ਦੋ ਫਿਰ ਅਸੀਂ ਤੁਹਾਡੇ ਤੋਂ ਪੈਸਾ ਲਵਾਂਗੇ ਫਿਰ ਇਹੀ ਹੁੰਦੀ ਹੈ ਬੰਦੇ ਦੀ ਜਿਹੜੀ ਸੱਚਾਈ ਦੇਖ ਹਾਂਜੀ ਮੈਮ ਹਾਂਜੀ ਜੀ ਇਹੀ ਗੱਲ ਸੀਗੀ ਮੇਨ ਜਿਹੜੀ ਸਾਰ ਦੀ ਲੱਗੀ ਪਰ ਕਹਿੰਦੇ ਤੁਹਾਡਾ ਵੀਜ਼ਾ ਲਵਾ ਕੇ ਜਿੰਨੀ ਤੁਹਾਡੀ ਪੇਮੈਂਟ ਹੋਊਗੀ ਸਾਰੀ ਆਫਟਰ ਵੀਜ਼ਾ ਲਵਾਂਗੇ ਸਾਰੀ ਪੇਮੈਂਟ ਇਹਨਾਂ ਨੂੰ ਅਸੀਂ ਆਫਟਰ ਵੀਜ਼ਾ ਦੇਣੀ ਹੈ ਮੈਮ ਚਲੋ ਬਹੁਤ ਬਹੁਤ ਜ਼ਿਆਦਾ ਮੁਬਾਰਕ ਜਿਹੜਾ ਤੁਹਾਡੇ ਸਪਨਾ ਹੈ ਉਹ ਪੂਰਾ ਹੋ ਜਾਊਗਾ ਹੁਣ ਜਿਵੇਂ ਕਿ ਅਸੀਂ ਤੁਹਾਡੀ ਗੱਲਬਾਤ ਕਰਾਈ ਹੈ ਇਹਨਾਂ ਦਾ 10 ਸਾਲ ਦਾ ਗੇਪ ਹੋਣ ਤੋਂ ਬਾਵਜੂਦ ਵੀ ਅਤੇ 3 ਰਿਫਿਊਜ਼ਰ ਹੋਣ ਤੋਂ ਬਾਵਜੂਦ ਵੀ ਵੀਜ਼ਨ ਗਰੁੱਪ ਨੇ ਜਿਹੜਾ ਕਿ 20 ਦਿਨਾਂ ਵਿੱਚ ਇਹਨਾਂ ਦਾ ਵੀਜ਼ਾ ਲਵਾਇਆ ਹੈ ਜੇ ਤੁਸੀਂ ਵੀ ਆਪਣਾ ਵੀਜ਼ਾ ਲਵਾਉਣਾ ਚਾਹੁੰਦੇ ਹੋ ਜੇ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਆਪਣਾ ਸੁਪਨੇ ਪੂਰੇ ਕਰਨਾ ਚਾਹੁੰਦੇ ਹੋ ਕੁਛ ਕਰਕੇ ਦਿਖਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਵੀਜ਼ਨ ਗਰੁੱਪ ਜ਼ਰੂਰ ਵਿਜ਼ਿਟ ਕਰੋ ਅਤੇ ਇੱਦਾਂ ਦੀ ਹੀ ਅਪਡੇਟਸ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨ ਮੈਂ ਨੇਹਾ ਮਲਿਕ ਕੈਮਰਾ ਪਰਸਨ ਕਰਨ ਕੁਮਾਰ ਨਾਲ